अस्सलाम वालेकुम भाई साहब, क्या हाल चाल है? सब ठीक ठाक हैं? और सुनाए कैसे हैं? आज जनाब हम आपको दिखाएंगे कि कनेक्टर वायर जो है वो रिपेयर कैसे होता है। तो मेरा भाई वीडियो को पूरी देखें, एंड तक देखें और हमारे चैनल को लाइक सब्सक्राइब शेयर करें। तो भाई ये देखें, अभी हम कनेक्टर वायर को ओपन कर रहे हैं, करने लगे। ये एक साइड का पैरामीटर अभी उतारने लगे हैं इसको। ये देखें एक साइड का पैरामीटर भी प्रेस के ऊपर जो है इजीली उतर जाता है। उतारने के तरीके और भी हैं, लेकिन ये जो हमने बनाया हुआ है ये जो है इस टीम के साथ इजीली उतर जाता है। और बैरिंग भी ख़राब नहीं होते, इसकी जो चूड़ी भी ख़राब नहीं होती और टेढ़ा भी नहीं होता। ये देखें जनाब, अब दूसरी साइड का बैरिंग उतरने लगा। ये आपके सामने ये देखें, साइड का पैरामीटर है। अब आप देखो इसको, हमने इसके दो पीस करने लगे। अब काम जो है एहतियात से करने वाले, पूरी एहतियात के साथ जो काम करें। और ये दो पीस हो गए, पेन उतर गई है और एक साइड की रह गई है। दूसरी साइड की उतार लेते हैं आपके सामने। ये देखें, अब दूसरी साइड भी पेन निकल आ गई है। वो देखें नीचे पेन बाहर आ गई, दो पीस हो गए हैं। अब इसका जो अगला मरहला है वो है इसकी सफाई वगैरह। इसको अच्छी तरह धो के साफ करके बाद में इसको जोड़ा जाएगा। ये जी आप देखें, हम इसको डीजल के साथ वॉश कर रहे हैं। तीनों पीसों को मल के साफ कर लिया, क्योंकि वो तार ब्रश के लगाने के बाद जो भी अगर कुछ रह जाए मैल जेल, तो वो डीजल के साथ जो है ना साफ़ हो जाए। दूसरा पीस भी है,
ਬਸ ਕਰ ਰਹੇ ਹਾਂ ਤੇ ਫਿਰ ਫਿਰ ਵਿੱਚੋਂ ਵੀ ਤੇਲ ਮੈਂ ਫਿਰ ਵਿੱਚੋਂ ਲਾ ਲਿਆ ਆਇਲ ਡਾਲ ਕੇ ਨਾ ਉਸਕੋ ਚੈੱਕ ਕਰ ਲਈਏ ਕਿ ਅੰਦਰ ਸੇ ਬੰਦ ਤਾਂ ਨਹੀਂ ਹੈ ਇਹ ਚੈੱਕ ਕਰਨਾ ਬਹੁਤ ਜ਼ਰੂਰੀ ਹੁੰਦਾ ਅਗਰ ਇਸਕੇ ਅੰਦਰ ਕਚਰਾ ਰਹਿ ਜਾਏ ਨਾ ਤੋ ਆਪਕਾ ਜਿਹੜਾ ਗਾੜੀ ਕਾ ਜਿਹੜਾ ਨੁਕਸਾਨ ਹੋ ਜਾਤਾ ਮੋਬਲਾਈਲ ਨਹੀਂ ਚਲਤਾ ਇਸ ਵਾਸ਼ ਹੋ ਗਿਆ ਜੀ ਅੱਜ ਆਪ ਇਸਕੋ ਨਿਆ ਕਨੈਕਟਰ ਟੋਰ ਡਾਲੇਂਗੇ ਨਵ ਡਾਲਿੰਗ ਡਾਲੇਂਗੇ ਮੈਂ ਦੇਖਿਆ ਜੀ ਨਿਆ ਕਨੈਕਟਰ ਟੋਰ ਨਹੀਂ ਪਿੰਨ ਇਹ ਨਹੀਂ ਬੈਰਿੰਗ ਬੈਰਿੰਗ ਆਪ ਕੋਈ ਵੀ ਡਾਲ ਸਕਦੇ ਹੈ ਚਲਦੇ ਹਾਂ ਨਏ ਡਾਲ ਸੁਣਦੇ ਚਾਲੀ ਚਾਲੀ ਪਿੰਨ ਕੋਲ ਮੋਬਲੇ ਲਗਾ ਲਈਏ ਨਿਆ ਮੋਬਲੇ ਲਗਾਇਆ ਤਾਂ ਉਸਕੇ ਅੰਦਰ ਫਿੱਟ ਹੋ ਗਿਆ ਵੀਡੀਓ ਬਣ ਜਾਣਾ ਇਸਕੇ ਅੰਦਰ ਵੀ ਮੋਬਲਾ ਚੱਲਣਾ ਹੁੰਦਾ ਜੀ ਲਾਉਂਦਾ ਪਿਆ ਥੋੜ੍ਹਾ ਜਿਹਾ ਕੰਮ ਹੈ ਥੋੜ੍ਹਾ ਜਿਹਾ ਉਸ ਤੋਂ ਜ਼ੋਰ ਲਗਾਤੇ ਹਾਂ ਤਾਂ ਕਿ ਦੂਸਰੀ ਸਾਈਡ ਤੋਂ ਲੈਵਲ 'ਤੇ ਆ ਜਾਏ ਲੈਵਲ 'ਤੇ ਹੋ ਗਈ ਤਾਂ ਸੁਰਾਖ ਆਉਣ ਦਾ ਸਾਹਮਣੇ ਹੋ ਗਿਆ ਤਾਂ ਮੋਬਲਾਈਲ ਜੋ ਹੈ ਉਸਕਾ ਚਲੋ ਵੀ ਬਣਵਾ ਲੈਣੇ ਆ ਈਜ਼ੀਲੀ ਉਸਕੇ ਅੰਦਰ ਚਲੇਗਾ ਇਹ ਗੋਰੇ ਬਣੇ ਆ ਇੱਥੇ ਹੋਰ ਕੀ ਨਵੀਆਂ ਦਾਦੀਆਂ ਦਾੜੀ ਰੱਖਦੇ ਨਹੀਂ ਲਈ ਦੂਸਰੀ ਦੂਸਰੀ ਸਾਈਡ ਦੇਖਦੇ ਹਾਂ ਇਹ ਦੇਖੋ ਪਹੁੰਚ ਵੱਧ ਗਈ ਆ ਇਸਕੇ ਸਾਥ ਦੋਨੋਂ ਮੈਂ ਦਾੜੀ ਰੱਖਦੇ ਨਹੀਂ ਲਈ ਬਿਲਕੁਲ ਐਗਜੈਕਟ ਸਾਹਮਣੇ ਸਾਹਮਣੇ ਆ ਜਾਂਦੇ ਹਾਂ ਅੱਗੇ ਪੁੱਛਿਆ ਹੀ ਤਾਂ ਚਲੋ ਵੈਸੇ ਪਹਿਲੀ ਪੇਂਟ ਹੋ ਗਈ ਲਗਾਈ ਸੀ ਮੌਸਮ ਬਦਲਿਆ ਜੇ ਕਿ ਨਹੀਂ ਹੈ ਜੇ ਇਸਕੇ ਸਾਥ ਤੋਂ ਦੇਖੇ ਨਹੀਂ ਜੇ ਪਲੇਅਰ ਹੈ ਉਸਨੇ ਕੰਮ ਕਰ ਰਿਹਾ ਹੈ ਸਾਡੇ ਤੇ ਜਗ੍ਹਾ ਪੇ ਫਿੱਟ ਹੋ ਗਿਆ ਅਭੀ ਦੋਨੋਂ ਸਾਈਡ ਕੇ ਬੈਰ ਔਰ ਉਸਕੀ ਜੋ ਕੇਨ ਗਰਾ ਰਹੀ ਹੈ ਟਾਈਮਿੰਗ ਕੀ ਉਹ ਡਾਲ ਰਹੇ ਹਾਂ 70 ਮੈਂ ਇਹ ਟਾਈਮਿੰਗ ਕੀ ਗਰਾ ਰਹੀ ਹੋਤੀ ਹੈ ਜਿਸਕੇ ਉੱਪਰ ਚੈਨ ਚੱਲਦਾ ਔਰ ਹਾਂਜੀ ਹਾਂਜੀ ਇਸਮੇਂ ਜੋ ਕੇਨ ਕੀ ਹੋਤੀ ਹੈ ਇਹ 70 ਕਾ ਟਾਈਮਿੰਗ ਕੀ ਗਰਾ ਰਹੀ ਹੈ ਦੂਸਰੀ ਗਰਾਰੀ ਹੋਤੀ ਹੈ ਜਿਸ ਗਰਾਰੀ ਸਾਰ ਗਰਾਰੀ ਚਲਤੀ ਹੈ ਵੱਡੇ ਸਾਥ ਬੈਰਿੰਗ ਜੋ ਫਿੱਟ ਕਰਨੇ ਸੇ ਬੈਰਿੰਗ ਦੀ ਕਾਰਗਰਦਗੀ ਅੱਛੀ ਤਰ੍ਹਾਂ ਅੱਛੀ ਨਹੀਂ ਹਾਂਜੀ ਉਹਨਾਂ ਨੂੰ ਲੈਣ ਮਾਰੋ ਰਣ ਈਜ਼ੀਲੀ ਬੈਰਿੰਗ ਫਿੱਟ ਹੋ ਗਿਆ ਜਵਾਨ ਦਾ ਪ੍ਰੋਗਰਾਮ ਸੀ ਦੁਬਈ ਦਾ ਅਤੇ ਉਹ ਵੀਜ਼ੇ ਬੰਦ ਨੇ ਦੂਸਰੀ ਸਾਈਡ ਪਹਿਲੇ ਸੁਣਿਆ ਖੋਲ੍ਹਣੇ ਬਿਲਕੁਲ ਧਿਆਨ ਸੈੱਟ ਕਰਨਾ ਉਸਕੇ ਬਾਅਦ ਉਸਕੋ ਆਰਾਮ ਸੇ ਰੱਖ ਕੇ ਪਾਈਪ ਰੱਖ ਕੇ
ਜਿਹੜੇ ਵਿੱਚੋਂ ਹੋ ਗਿਆ ਵਿੱਚੋਂ ਹੋ ਗਿਆ ਉਸਕੇ ਸਾਥ ਘੁੰਮ ਰਹੇ ਹੈ ਤੋ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇਂ ਲਾਈਕ ਕਰੇਂ ਸ਼ੇਅਰ ਕਰੇਂ ਅੱਲਾਹ ਹਾਫਿਜ਼।